ਅੱਜ ਦਾ ਜਿਹੜਾ ਦਿਨ ਹੈ ਮੈਂ ਕਹੂੰਗਾ ਵੀ ਕਬੱਡੀ ਖੇਡ ਦੇ ਲਈ ਮੇਰੇ ਪੰਜਾਬੀ ਵੀਰੋ ਬੜਾ ਹੀ ਦੁੱਖ ਵਾਲਾ ਦਿਨ ਮੈਂ ਮੰਨਦਾ ਹਾਂ ਕਿਉਂਕਿ ਅੱਜ ਦੇ ਦਿਨ ਕਬੱਡੀ ਦੇ ਕਹਿੰਦੇ ਵੀ ਇੱਕ ਯੁੱਗ ਦਾ ਅੰਤ ਜਿਹੜਾ ਮੇਰੇ ਵੀਰੋ ਅੱਜ 11 ਵਜੇ ਸਵੇਰੇ ਹੋਇਆ ਹੈ। ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਦੇਵੀ ਦਿਆਲ ਸ਼ਰਮਾ ਜੀ ਕੁੱਬਿਆਂ ਵਾਲੇ ਇਸ ਦੁਨੀਆ ਨੂੰ ਮੇਰੇ ਵੀਰੋ ਅਲਵਿਦਾ ਆ ਗਏ ਹੈ ਔਰ ਜਿਨ੍ਹਾਂ ਦੀ ਖੇਡੀ ਹੋਈ ਕਬੱਡੀ ਨੂੰ ਅੱਜ ਦੇ ਮੁੰਡੇ ਤੇ ਬੇਸ਼ੱਕ ਮੇਰੇ ਵੀਰੋ ਘੱਟ ਜਾਣਦੇ ਹੋਣਗੇ ਪਰ ਜਿਹੜੇ ਪੁਰਾਣੇ ਦਰਸ਼ਕ ਨੇ ਖੇਡ ਕਬੱਡੀ ਨੂੰ ਜਾਂ ਜਿਹੜੇ ਪੁਰਾਣੇ ਖਿਡਾਰੀ ਜਿਹੜੇ ਮੇਰੇ ਵੀਰੋ ਖੇਡਦੇ ਹੈ ਖੇਡਦੇ ਰਹੇ ਨੇ ਉਹਨਾਂ ਨੂੰ ਪਤਾ ਵੀ ਦੇਵੀ ਦਿਆਲ ਸ਼ਰਮਾ ਜੀ ਕਿਸ ਤਰ੍ਹਾਂ ਦੇ ਖਿਡਾਰੀ ਸਨ। ਅੱਜ ਇੱਕ ਯੁੱਗ ਦਾ ਜਿਹੜਾ ਅੰਤ ਹੋਇਆ ਔਰ ਵੱਡੀ ਗੱਲ ਇਹ ਰਹੀ ਆ ਵੀ ਵੱਡੇ ਖਿਡਾਰੀ ਪੈਦਾ ਕੀਤੇ ਆਪ ਆਪਣੇ ਸਮੇਂ ਦੇ ਵਿੱਚ ਤਕੜੀ ਕਬੱਡੀ ਖੇਡੀ ਕਈ ਕਈ ਦਿਨ ਜਿਵੇਂ ਕਹਿੰਦੇ